ਸਾਰਾ ਲੱਕਰ ਆ ਗਿਆ ਸਾਰੇ ਰੰਗ ਲੈ ਕੋਈ ਹੰਮ ਚਾਹ। ਸਭ ਤੋਂ ਵੱਡੀ ਇਥੇ ਰੋਡ ਦੀ ਪ੍ਰੋਬਲਮ ਹੈਗੀ ਆ। ਇਹ ਰੋਡ ਨੂੰ ਕੰਮ ਤੋਂ 15 ਸਾਲ ਹੀ 10-15 ਸਾਲ ਹੋ ਗਏ ਨੇ ਕੋਈ ਇਥੇ ਸੁਣਵਾਈ ਨਹੀਂ ਹੈਗੀ। ਅਜੇ ਤੱਕ ਕੋਈ ਵੀ ਇਧਰ ਲੀਡਰ ਆ ਕੇ ਕੋਈ ਵੇਖਦਾ ਹੀ ਨਹੀਂ ਆ। ਸਭ ਨੂੰ ਇਹੋ ਹੀ ਹੁੰਦਾ ਮਤਲਬ ਵੋਟਾਂ ਵੇਲੇ ਆਉਂਦੇ ਆ। ਤੇ ਵੋਟਾਂ ਵੇਲੇ ਕਹਿੰਦੇ ਸਾਨੂੰ ਵੋਟਾਂ ਪਾਓ ਜੀ ਸਭ ਕੋ ਤੁਹਾਡਾ ਸਹੂਲਤਾਂ ਦੇਵਾਂਗੇ। ਤੇ ਉਹਦੇ باوجود ਵੀ ਕੋਈ ਸਹੂਲਤ ਨਹੀਂ ਹੈਗੀ ਇਥੇ। ਦੀ ਵੋਟਾਂ ਵੀ ਪਾਈਆਂ ਹਾਂ ਵੋਟਾਂ ਦੀ ਸਿਰ ਪਾਣੀਆਂ ਪੈਂਦੀਆਂ ਨੇ ਉਹ ਜਿਹੜਾ ਸਾਡਾ ਅਧਿਕਾਰ ਹੈਗਾ ਉਹ ਤੇ ਆਪਣਾ ਯੂਜ਼ ਅਸੀਂ ਕਰਨਾ ਹੀ ਹੈ ਇੱਥੇ ਕੋਈ ਮੋਦਵਾਰ ਆਇਆ ਚੈੱਕ ਕਰਨ ਸਰ ਕੋਈ ਨਹੀਂ ਸਰ ਮੈਂ ਖੁਦ ਜਾ ਕੇ ਮੈਡਮ ਜੀਵਨ ਜੋਤ ਗੌਰ ਦੇ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਉੱਥੇ 4 ਮਹੀਨੇ ਪਹਿਲਾਂ ਕਿ ਸਾਡੇ ਇਲਾਕੇ ਰੋਡ ਬਣਾਈ ਜਾਵੇ ਉਸ ਟਾਈਮ ਮੈਨੂੰ ਆਸ਼ਵਾਸਨ ਮਿਲ ਗਿਆ ਜੀ ਰੋਡ ਤੁਹਾਡੀ ਬਣਾ ਦਾਂਗੇ ਤੇ ਹੁਣ ਜਦੋਂ ਆਪਾਂ ਫੇਰ ਮਤਲਬ ਨਹੀਂ 4 ਮਹੀਨੇ ਬਾਅਦ ਫੇਰ ਦੁਬਾਰਾ ਪ੍ਰੈਸ ਵੀ ਦਿੱਤਾ ਵਾ ਕੋਈ ਸੁਣਵਾਈ ਨਹੀਂ ਜਦੋਂ ਉੱਥੇ ਜਾਂਦੇ ਆ ਉਹ ਪਹਿਲੀ ਗੱਲ ਤੇ ਮੈਡਮ ਮਿਲਦੇ ਹੀ ਨਹੀਂ ਉੱਥੇ ਇੱਕ ਦੋ ਵਾਰ ਮੁਲਾਕਾਤ ਹੋਈ ਵੀ ਹੋ ਤਾਂ ਤੁਹਾਡੇ ਲੋਕੀ ਦਿੱਤਾ ਜਾ ਰਿਹਾ ਸਰ ਹੁਣ ਤਾਂ ਅਸੀਂ ਆਪਣੀ ਜਿਹੜੀ ਆਵਾਜ਼ ਆ ਪ੍ਰੈਸ 'ਚ ਚੁੱਕਦੇ ਪਿਆ ਹਾਂ ਹਾਂਜੀ ਭਾਈ ਇਹ ਤਾਂ ਹੁਣ ਹੱਥ ਜੋੜ ਕੇ ਬੇਨਤੀ ਕਰ ਬੈਠੇ ਆ ਜੇ ਹੁਣ ਨਹੀਂ ਕਰਨਗੇ ਆਪਾਂ ਮਤਲਬ ਵਿਰੋਧ ਕਰਾਂਗੇ ਆਪਣਾ ਪ੍ਰਸ਼ਾਸਨ ਦਾ ਤੇ ਫਿਰ ਜਾ ਕੇ ਸੜਕ ਦੇ ਜਗ੍ਹਾ ਧਰਨਾ ਲਾਵਾਂਗੇ ਰੋਡ ਬਲੌਕ ਕਰਾਂਗੇ ਜਿਤਨਾ ਬਾਕੀ ਸੁਣਵਾਈ ਆਪਣੀ ਪੂਰੀ ਲੋਕੀ ਕਰਾਂਦੇ ਹਾਂ ਵੀ ਆਪਣੀ ਸੁਣਵਾਈ ਜਿਤਨਾ ਪੂਰੀ ਕਰਾਵਾਂਗੇ ਹਾਂਜੀ ਅਗਰ ਨਾ ਪੂਰੀਆਂ ਹੋਏ ਫਿਰ ਪਰ ਜੇ ਸਾਡੀ ਮੰਗਾਂ ਨਹੀਂ ਪੂਰੀ ਹੋਣਗੀਆਂ ਫਿਰ ਅਸੀਂ ਵੀ ਸੜਕਾਂ 'ਤੇ ਬੈਠਾਂਗੇ ਫਿਰ ਇਹਦੀ ਫਿਰ ਜ਼ਿੰਮੇਵਾਰ ਖੁਦ ਸਰਕਾਰ ਆਪ ਹੋਏਗੀ ਫਿਰ ਕਿ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਏਗੀ ਸਰਕਾਰ ਜ਼ਿੰਮੇਵਾਰ ਹੋਏਗੀ ਫਿਰ ਸੁਲਤਾਨਵਿੰਡ ਰੋਡ ਤੇ ਜੀ ਕੀ ਦਿੱਕਤ ਆ ਰਹੀ ਹੈ ਜੀ ਸਭ ਤੋਂ ਵੱਡੀ ਦਿੱਕਤ ਇਹ ਸਾਨੂੰ ਰਾਹ ਦੀ ਸਾਡੇ ਵੇਖੋ ਜੀ ਇੱਥੇ ਮੇਨ ਵਾਟਰ ਸਪਲਾਈ ਪੈ ਗਈ ਹੈ 1100 ਕੇਵੀ ਦੇ ਖੰਭੇ ਚੁੱਕ ਕੇ ਸਾਈਡ ਤੇ ਕਰ ਦਿੱਤੇ ਗਏ ਨੇ ਵਾਰਡ ਨੰਬਰ ਕਿੰਨੇ ਹੈ ਵਾਰਡ ਨੰਬਰ 43 ਤੇ 44 ਸਭ ਤੋਂ ਵੱਡੀ ਪ੍ਰੋਬਲਮ ਹੈ ਸਾਨੂੰ ਰਾਹ ਦੀ ਸਾਡੇ ਇਲਾਕੇ ਦੀਆਂ ਗਲੀਆਂ ਵੀ ਬੰਦ ਐ ਅੱਗੋਂ ਬੰਦ ਆ ਤੇ ਅੱਗੋਂ ਸਾਨੂੰ ਕੋਈ ਰਾਹ ਨਹੀਂ ਮੇਨ ਰਾਹ ਇਹੋ ਹੀ ਪੈਂਦਾ ਹੈ ਅੱਜ ਪ੍ਰਸ਼ਾਸਨ ਸਾਡੇ ਨਾਲ ਵਿਤਕਰਾ ਕਰ ਰਿਹਾ ਹੈ ਅੱਧੀ ਸੜਕ ਬਣਾ ਰਿਹਾ ਅੱਧੀ ਨਹੀਂ ਬਣਾ ਰਿਹਾ ਸਾਨੂੰ ਪ੍ਰਸ਼ਾਸਨ ਗਾੜੀ ਸਾਡੀ ਬੇਨਤੀ ਇਲਾਕਾ ਨਿਵਾਸੀਆਂ ਦੀ ਪਹਿਲ ਦੇ ਆਧਾਰ ਤੇ ਸਾਡੇ ਇਲਾਕੇ ਦਾ ਵਿਕਾਸ ਕਰਾਇਆ ਜਾਵੇ ਸਾਡੇ ਨਾਲ ਵਿਤਕਰਾਂ ਨਾ ਕੀਤਾ ਜਾਵੇ ਜਦੋਂ ਕਹਿੰਦੇ ਸਰਕਾਰ ਅਸੀਂ ਬਦਲਾਵ ਕਰਾਂਗੇ ਬਦਲਾਵ ਸਾਡੇ ਨਾਲ ਇਹ ਕਰ ਰਹੀ ਹੈ ਅੱਜ ਅੱਧੀ ਸੜਕ ਬਣਾ ਰਹੇ ਅੱਧੀ ਨਹੀਂ ਬਣਾ ਰਹੇ ਇਹ ਸਰਕਾਰ ਦਾ ਬਦਲਾਵ ਆ ਅਸੀਂ ਚੋਣेंगे ਸਾਨੂੰ ਵੀ ਪੂਰਾ ਹੱਕ ਮਿਲੇ ਸਾਡੀ ਵੀ ਸੜਕ ਬਣੇ ਤਾਂ ਜੋ ਸਾਡੇ ਬੱਚੇ ਸਾਫ਼ ਸੁਰੇ ਰਾਹ ਤੋਂ ਜਾ ਸਕਣ ਆ ਸਕਣ ਇੱਥੇ ਸਾਡੀ ਕੋਈ ਸੇਫਟੀ ਨਹੀਂ ਹੈ ਹਾਲਾਤ ਅਸੀਂ ਦਿਖਾ ਚੁੱਕੇ ਆ ਅੱਜ ਵੇਖ ਲਓ ਕੀ ਹਾਲੇ ਇੱਥੇ ਕੀ ਲੱਗਦਾ ਕਿ ਜਿਸ ਨਾਲ ਡੇਂਗੂ ਕਾਫੀ ਫੈਲ ਜਾ ਰਿਹਾ ਤੇ ਬੱਚਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਡੈਂਗੂ ਕਰਕੇ ਵੀ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੈ ਕਿ ਸਾਰੇ ਪਰਿਵਾਰਾਂ ਨੂੰ ਪ੍ਰੋਬਲਮ ਇੱਥੇ ਇੱਥੇ ਕੋਈ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਜੋ ਸਰਕਾਰ ਨੂੰ ਕੀ ਮੈਸੇਜ ਦੇਣਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ 15 ਦਿਨ ਪਹਿਲੇ ਵੀ ਅਸੀਂ ਖਬਰ ਲਵਾਈ ਸੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਅਸੀਂ ਖਬਰ ਲਵਾ ਰਹੇ ਪ੍ਰਸ਼ਾਸਨ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡੇ ਇਲਾਕੇ ਦਾ ਪੈਲ ਦੇ ਆਧਾਰ ਤੇ ਵਿਕਾਸ ਕਰਾਇਆ ਜਾਵੇ ਸਾਡੀ ਸੜਕ ਅੱਧੀ ਨਾ ਬਣਾਈ ਜਾਵੇ ਪੂਰੀ ਬਣਾਈ ਜਾਵੇ ਜੇ ਸਾਡੀ ਨਹੀਂ ਸੁਣਵਾਈ ਹੋਊਗੀ ਇਮਲੇ ਵਾਲੇ ਸਾਰੇ ਇਕੱਠੇ ਹੋ ਕੇ ਭੁੱਖ ਹੜਤਾਲ ਤੇ ਬਹਿ ਜਾਣਗੇ ਰੋਡ ਤੇ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲੇਗਾ ਕਿੰਨੀ ਦੇਰ ਤੋਂ ਇਹ ਨਹੀਂ ਬਣ ਰਹੀ ਇਹ ਪਿਛਲੇ 10 ਸਾਲਾਂ ਤੋਂ ਇਹ ਬੁਰਾ ਹਾਲ ਹੈ ਜੀ 10 ਸਾਲ ਹੋ ਗਏ ਜੀ ਸਾਨੂੰ ਸਿੱਧੂ ਸਾਹਿਬ ਨੇ ਪਹਿਲਾਂ ਸਾਡੇ ਪੰਜ-ਪੰਜ ਸਾਲ ਨਗਾ ਦੇਤੇ ਉਹਨਾਂ ਨੇ ਫੇਰ ਵੀ ਸਾਡੀਆਂ ਗਲੀਆਂ ਪੱਕੀਆਂ ਕਰਾ ਦਿੱਤੀਆਂ ਪਰ ਹੁਣ ਸਾਡੇ ਨਾਲ ਕੋਈ ਮੇਨ ਰਾਹ ਦੇ ਵਿੱਚ ਸਾਡਾ ਕੋਈ ਸਾਥ ਨਹੀਂ ਦੇਣ ਦੀ ਕੋਈ ਸਰਕਾਰ ਬਦਲਾ ਦੇ ਨਾਂ ਤੇ ਸਾਡੇ ਕੋਈ ਵੋਟਾਂ ਜ਼ਰੂਰ ਲਈਆਂ ਅਸੀਂ ਦਿੱਤੀਆਂ ਵੋਟਾਂ ਆਮ ਪਾਰਟੀ ਨੂੰ ਪਰ ਅਸੀਂ ਫੇਰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਪਹਿਲ ਦੇ ਆਧਾਰ ਤੇ ਸਾਡੇ ਮੇਨ ਰਾਹ ਸਾਾਨੂੰ ਪ੍ਰੋਬਲਮ ਹੈ ਸਾਡਾ ਮੇਨ ਰਾਹ ਦਾ ਮਸਲਾ ਹੱਲ ਹੋਵੇ ਪੂਰੀ ਸੜਕ ਬਣੇ ਅੱਧੀ ਨਾ ਬਣੇ ਅਗਰ ਮੰਗਾ ਨਾ ਪੂਰੀਆਂ ਮੰਗਾ ਨਾ ਪੂਰੀਆਂ ਹੋਣ ਤੇ ਅਸੀਂ ਪੂਰੇ ਮਹੱਲੇ ਵਾਲੇ ਸਾਰੇ ਇਕੱਠੇ ਹੋ ਕੇ ਸੜਕ ਤੇ ਭੋਖੜ ਹੜਤਾਲ ਦੇਵਾਂਗੇ। ਦਿੱਕਤਾਂ ਇਹ ਆ ਰਹੀਆਂ ਜੀ ਜੋ ਸਾਡੀ ਸੜਕ ਦੇ ਹਾਲਾਤ ਆ ਜੀ ਵੇਖੋ ਇੱਥੇ ਆ ਕੇ ਸਾਡਾ ਕੋਈ ਅਸੀਂ ਆ ਜਾ ਨਹੀਂ ਸਕਦੇ ਸਾਨੂੰ ਰਾਹ ਕੋਈ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਮਤਲਬ ਕਿ ਵਿਰੋਧ ਕਰ ਰਹੇ ਹਾਂ। ਸਾਰਾ ਮਹੱਲਾ ਸਾਰਾ ਇਕੱਠਾ ਹੋ ਕੇ ਵਿਰੋਧ ਕਰ ਰਹੇ ਹਾਂ। ਇਸ ਕਰਕੇ ਅਗਰ ਸਾਡੀ ਸੁਣਵਾਈ ਨਹੀਂ ਹੋਏਗੀ ਤੇ ਅਸੀਂ ਸੜਕਾਂ ਤੇ ਆ ਕੇ ਤੇ ਆਪਣਾ ਧਰਨਾ ਲਾਵਾਂਗੇ ਤੇ ਇਹਦਾ ਜ਼ਿੰਮੇਵਾਰ ਸਰਕਾਰ ਹੋਏਗੀ। ਤੇ ਬਣੀਆਂ ਵੀ ਇਸ ਤਰ੍ਹਾਂ ਹਾਂਜੀ ਅੱਧੀ ਸੜਕ ਬਣ ਰਹੀ ਆ ਤੇ ਅੱਧੀ ਦਾ ਮਤਲਬ ਕੀ ਕਹਿ ਰਹੇ ਕੀ ਇਹਨੂੰ ਸੀ ਲਿਆਓ ਫਿਰ ਤੁਹਾਡਾ ਕੋਈ ਹੱਲ ਹੋਏਗਾ ਨਹੀਂ ਤੇ ਇਹਦਾ ਕੋਈ ਹੱਲ ਨਹੀਂ ਹੈਗਾ ਆਦਰਵਾਇਜ਼ ਇਹਦਾ ਕੋਈ ਸੁਨਵਾਈ ਨਹੀਂ ਹੈਗੀ ਜੀ ਇਸ ਕਰਕੇ ਅਸੀਂ ਆਪਣੇ ਮਹੱਲੇ ਦੇ ਨਿਵਾਸੀਆਂ ਨੂੰ ਇਕੱਠੇ ਕਰਕੇ ਤੇ ਆਪਣਾ ਜਿਹੜਾ ਵੀ ਆਪਾਂ ਵਿਰੋਧ ਕਰ ਰਹੇ ਆ ਇਹਦਾ ਸੜਕ ਦਾ ਅਗਰ ਮੰਗਾ ਨਾ ਪੂਰੀ ਹੋਣੀ ਫਿਰ ਅਗਰ ਨਾ ਮੰਗਾਈਆਂ ਤੇ ਫਿਰ ਸੜਕ ਤੇ ਧਰਨਾ ਲਾਵਾਂਗੇ ਤੇ ਇਹਦਾ ਜ਼ਿੰਮੇਵਾਰ ਸਰਕਾਰ ਹੋਏਗੀ